सुखचैन सिंह जी, आप पहला बंदा है जो ट्रैक्टर लेके यहाँ शंभू बॉर्डर पे पहुंचे हैं। कैसे देखते हैं इस किसान आंदोलन को, 2024 में शुरू होने वाला है, और एक तो तैयारियां जो आपने देखी, जैसे ही आप पहुंचे यहाँ पे आपने आंसू गैस के गोले भी छिले, सबको कैसे देखते हैं? असी तो यही देखते हैं जी, यह एक सरकार की नाकामी आ, सरकार डरी हुई है किसानों तो, ਤਾਂ ਕਰਕੇ ਇੰਨੇ ਇਹਨਾਂ ਨੇ ਧਾਮ ਜਾਮ ਕੀਤੇ ਆ। ਅਸੀਂ ਆਪਣੀ ਮੰਗਾਂ ਨੂੰ, ਅਸੀਂ ਆਪਣੇ ਹੱਕ ਲੈਣ ਲਈ ਜਾ ਰਹੇ ਹਾਂ ਦਿੱਲੀ। ਅਸੀਂ ਕਿਸੇ ਦਾ ਮਾੜਾ ਨਹੀਂ ਚਾਹੁੰਦੇ, ਕਿਸਾਨ ਆ ਸਭ ਦਾ ਭਲਾ ਮੰਗਦਾ ਆ, ਪਰ ਇਹ ਜਿਹੜੀ ਸਰਕਾਰ ਆ ਇਹ ਸਾਨੂੰ ਧੱਕਾ ਕਰਨ ਲਈ ਮਜਬੂਰ ਕਰ ਰਹੀ ਆ, ਕਿਉਂਕਿ ਕਿਸਾਨਾਂ ਵੱਲੋਂ ਨਾ ਕੋਈ ਰਾਹ ਰੋਕਿਆ ਗਿਆ, ਨਾ ਕਿਤੇ ਵੀ ਕਿਸੇ ਤਰ੍ਹਾਂ ਦਾ ਹਲੇ ਰੋਡ ਤੇ ਪ੍ਰਦਰਸ਼ਨ ਕੀਤਾ। ਇਹ ਆਪਣਾ ਹਰਿਆਣਾ ਪ੍ਰਸ਼ਾਸਨ 4 ਦਿਨ ਹੋ ਗਏ ਪੂਰੇ ਰੋਕ ਲਾ ਕੇ ਬੈਠੇ ਆ, ਪਰ ਇਹ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲੈਣ, ਕਿਸਾਨ ਦਿੱਲੀ ਜਾਊਗਾ ਤੇ ਜਾ ਕੇ ਹਟੂਗਾ, ਆਪਣੇ ਹੱਕ ਲੈ ਕੇ ਪੰਜਾਬ ਆਵਾਂਗੇ। ਇਹਨਾਂ ਨੇ ਜਿਸ ਤਰ੍ਹਾਂ ਕੀ ਤਿਆਰੀਆਂ ਕੀ ਹੋਈਆਂ, ਕੀਲੇ ਲਗਾਈ ਹੋਈਆਂ ਔਰ ਬਹੁਤ ਸਾਰੇ ਤਾਰ ਲਗਾਏ, ਕਟੀਲੇ ਤਾਰ ਔਰ ਬੈਰੀਕੇਡਿੰਗ ਮਜ਼ਬੂਤ ਕੀ ਹੈ, ਕੰਕਰੀਟ ਲਗਾਇਆ ਜੀ, ਸਾਡੇ ਅੱਗੇ ਕੁਝ ਨਹੀਂ ਹੈਗਾ ਵੀਰੇ। ਕੱਲ ਕਿਸ ਤਰ੍ਹਾਂ ਅਸੀਂ ਸਭ ਕੁਝ ਟੈਕਲ ਕਰਿਆ ਜਾਏਗਾ? ਉਹ ਅਸੀਂ ਸਾਡੇ ਹੱਥ 'ਚ ਹੈਂਡਲ ਕਰ ਲਾਂਗੇ ਭਾਜੀ। ਇਹ ਕਿਸਾਨ ਆ, ਕਿਸਾਨਾਂ ਕੋਲ ਸਾਰੇ ਤਰੀਕੇ ਹੈਗੇ ਆ, ਇਹ ਪੱਟਣ ਵਾਸਤੇ 10 ਮਿੰਟ ਦਾ ਟਾਈਮ ਚਾਹੀਦਾ ਆ, ਕਿਉਂਕਿ ਆਪਣੇ ਆਪ ਕੋਈ ਕੁਛ ਨਹੀਂ ਕਰਦਾ, ਇਹ ਅਕਾਲ ਪੁਰਖ ਵਾਹਿਗੁਰੂ ਕਰਾਉਂਦਾ ਆ ਜੋ ਵੀ ਕਰਾਉਂਦਾ ਆ, ਕਿਉਂਕਿ ਪਹਿਲਾਂ ਵੀ ਗਏ ਸੀਗੇ, ਪਹਿਲਾਂ ਵੀ ਨਾ ਵੱਡੇ ਬੈਰੀਕੇਡ ਲਾਏ, ਟਿੱਪਰ ਕਢਾਏ, ਪਰ ਮਹਾਰਾਜ ਦੀ ਕਿਰਪਾ ਹੋਈ ਆ, ਆਪਣੇ ਆਪ ਰਾਹ ਸਾਫ਼ ਹੁੰਦਾ ਚਲਿਆ ਗਿਆ। ਹੁਣ ਵੀ ਮਹਾਰਾਜ ਆਪਣੀ ਕਿਰਪਾ ਕਰਨਗੇ ਤੇ ਕਿਸਾਨ ਦਿੱਲੀ ਜਾਊਗਾ। ਇਸ ਵਾਰ ਪੰਜਾਬ ਕੇ ਨੌਜਵਾਨ ਕਿਸਾਨ ਜੋ ਇਸ ਅੰਦੋਲਨ ਵਿੱਚ ਸ਼ਾਮਿਲ ਹੋਣੇ ਵਾਲੇ, ਕਿਸ ਤਰ੍ਹਾਂ ਦਾ ਹੌਸਲਾ ਲੈ ਕੇ ਆਉਣੇ ਵਾਲੇ? ਪੂਰਾ ਜੀ, ਅੱਗੇ ਨਾਲੋਂ ਜ਼ਿਆਦਾ ਕਿਸਾਨਾਂ ਦੇ ਹੌਸਲੇ ਬੁਲੰਦ ਆ, ਕੋਈ ਦਿੱਕਤ ਨਹੀਂ ਹੈਗੀ, ਪਰ ਸਾਨੂੰ ਇੱਕ ਘਾਟ ਰਹੂਗੀ ਬਾਈ ਦੀਪ ਸਿੱਧੂ ਦੀ। ਹਾਂ ਜੀ ਹਾਂ, ਉਹ ਘਾਟ ਸਾਨੂੰ ਹਮੇਸ਼ਾ ਰੜਕਦੀ ਰਹਿਣੀ ਆ, ਕਿਉਂਕਿ ਪਹਿਲਾਂ ਅਸੀਂ ਉਰੇ ਬੈਠ ਗਏ ਸੀਗੇ, 24 ਤਰੀਕ ਨੂੰ ਸਾਡੇ ਕੋਲ ਪੂਰੇ ਇਕੱਠ ਹੋ ਗਿਆ ਸੀਗਾ, ਕਿਉਂਕਿ ਬਾਈ ਇੱਥੇ ਸੀਗਾ ਤੇ ਪਹਿਲਾਂ ਬਾਰਡਰ ਵੀ ਦੀਪ ਸਿੱਧੂ ਬਾਈ ਨੇ ਤੋੜਿਆ ਸੀਗਾ, ਉਹ ਬਾਈ ਦੀ ਘਾਟ ਰੜਕਣੀ ਆ। ਪਰ ਚਲੋ, ਜਿੰਨੇ ਵੀ ਨੌਜਵਾਨ ਹੈਗੇ ਆ ਉਹ ਬਾਈ ਦੀਪ ਦੀ ਸੇਧ ਲੈ ਕੇ ਅੱਗੇ ਜਾਣਗੇ ਤੇ ਬਾਰਡਰ ਤੋੜਨਗੇ। ਬਾਈ ਦੀ ਇੱਕ ਗੱਲ ਯਾਦ ਆ ਕੇ ਨਾ, ਇਸ ਧਾੜੀ ਉਹ ਜਾਣਦੇ ਆ ਬਾਈ, ਉੱਡਣ ਵਾਲੇ ਨੂੰ ਸਮਾਨ ਚਾਹੀਦਾ, ਭੱਜਣ ਵਾਲੇ ਨੂੰ ਧਰਤੀ, ਸਾਨੂੰ ਦੋਨੇ ਚੀਜ਼ਾਂ ਚਾਹੀਦੀਆਂ ਨੇ, ਜਿੱਥੇ ਵੀ ਮਿਲਣ ਜਿੱਦਾਂ ਵੀ ਮਿਲਣ, ਛੱਡਣੀਆਂ ਥੋੜੀ ਨੇ, ਬਲੇ ਸੋਨੇ ਹਾਲ।